स्वागत है किसान वीरों तुहाडा अपने YouTube चैनल ढिलो डेयरी फार्म बरनाला दे विच। सो जिहड़े किसान वीर अपने इस चैनल ते पहली बार वीडियो देख रहे हैं उन्हां नूं रिक्वेस्ट आ कि अपने YouTube चैनल नूं सबसक्राइब कर लियो। सो किसी भी वीर ने इदां दी ऐड करवाउणी होवे तां तुसीं मेरे नाल कनैक्ट कर सकदे हो। मेरा मोबाइल नंबर है 84 270 19 817। सो अज दी वीडियो विच आपां तुहानूं 3 झोटियां ताज़ियां सूईयां होईयां बच्चे समेत ते 4th नंबर ते बैड़ उह वी सूई सवाई HF ਦੇ ਵਿੱਚ ਤੇ ਦੰਦੋ ਬਿਲਕੁਲ ਖੀਰੀ ਤੇ ਰੇਟ ਬਿਲਕੁਲ ਬਾਜਬ। ਇਦਾਂ ਦਾ ਰੇਟ ਆਪਾਂ ਮੰਨ ਕੇ ਚੱਲੋ ਵੀ ਲੱਭਣ ਦੇ ਤੇਲ ਵਾਲਾ ਫੂਕ ਦਾਂਗੇ ਉਨੇ ਰੇਟ ਦੀ ਬੱਚੀ ਹੈ ਇਹ, ਬਹੁਤ ਚੰਗੀ ਸਾਫ਼ ਸੁਥਰੀ। ਜਿੰਨਾ ਆਪਾਂ ਲੱਭਣ ਦੇ ਤੇਲ ਫੂਕ ਦਾਂਗੇ ਉਨੇ ਰੇਟ ਦੀ ਬੱਚੀ। ਸਰ ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ। ਹਾਂਜੀ ਵੀਰੇ, ਨਾਮ ਐਡਰੈਸ ਬੋਲਿਆ ਆਪਣਾ। ਹਾਂ, ਚਮਕੌਰ ਸਿੰਘ ਪਿੰਡ ਪੁੱਤਾ ਵਜਲਾ ਬਰਨਾਲਾ। ਤੇ ਮੋਬਾਈਲ ਨੰਬਰ ਬਾਈ ਆਪਣਾ? ਮੋਬਾਈਲ ਨੰਬਰ 97894 94 47। 97894 75 6 44। ਅੱਜ ਆਪਾਂ ਤੇਰੀ ਪੰਜਵੀਂ ਛੇਵੀਂ ਵੀਡੀਓ ਕਵਰ ਕਰਨ ਲੱਗੇ, ਵਧੀਆ ਰਿਸਪੋਂਸ ਮਿਲਦਾ। ਠੀਕ ਹੈ, ਬਾਕੀ ਤੇਰੇ ਰੇਟ ਬਹੁਤ ਵਾਜਬ ਹੁੰਦੇ। ਠੀਕ ਹੈ, ਸਰ ਆਪਾਂ ਤੇ ਅੱਜ ਕੱਲ੍ਹ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ। ਇਹ ਸਿਰਫ ਇੱਕ ਬੇਰੁਜ਼ਗਾਰੀ ਦਾ ਕਾਰਨ ਹੀ ਹੈ, ਇਹ ਨਹੀਂ ਗੱਲ ਕੋਈ ਇਹ ਵੀਰ ਕਹਿ ਤੁਸੀਂ ਵੇਚੀ ਜਾਂਦੇ ਹਾਂ ਉਹ ਕਰੀਏ ਨਾ ਜੋ ਕਰੀਏ ਨਾ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਲੋਕ ਚਿੱਟੇ ਨਾਲ ਡੱਕ ਕੇ ਕਿੱਥੇ ਡਿੱਗਿਆ ਪਿਆ ਕਿੱਥੇ ਡਿੱਗਿਆ ਪਿਆ, ਪਰ ਉਹਦੇ ਨਾਲ ਇਹ ਚੰਗਾ ਵੀ 2000 3000 ਨਾ ਆਪਾਂ ਪਸ਼ੂ ਵੇਚੀ ਚੱਲੀਏ। ਹਾਂਜੀ ਵੀਰੇ, ਪਹਿਲੇ ਨੰਬਰ ਆਪਾਂ ਜਿਹੜੀ ਝੋਟੀ ਦੇਖਦੇ ਪਏ ਹਾਂ ਇਹ ਕਿਹੜਾ ਸੂਆ ਸੂਈ? ਲੂਣ ਸੂਈ ਹੈ ਜੀ, ਪਰਸੋਂ ਸੂਈ ਹੈ ਜਿਹੜਾ। ਠੀਕ ਹੈ, ਤੇ ਨਾੜੂ ਇਹਦਾ ਬੱਚਾ ਨੇ ਚੱਪ ਤਲਾ ਦੇਣਾ। ਠੀਕ ਹੈ, ਤੇ ਬੱਚਾ ਜਿਵੇਂ ਕੱਚਾ ਮੇਲ ਕਾਫ ਤੇ ਵੀਰੇ ਔਲ ਵਗੈਰਾ ਤਾਂ ਨਹੀਂ ਕੁਛ ਕਰਦਾ? ਤੇ ਦੁੱਧ ਜਿਹੜਾ ਡੰਗ ਦਾ ਕਿੰਨਾ? ਠੀਕ ਹੈ, ਹਲੇ ਮਾਨਾ 7 ਕਿਲੋ ਤਾਂ ਤਿਆਰ ਹੈਗਾ। ਦੰਦੋ ਕਿਵੇਂ ਆਈ? ਮੁੱਲ ਇਹਦਾ ਕੀ ਹੈ? ਗੁੰਜਾਇਸ਼ ਹੋ ਜਾਊਗੀ, ਤੋਰ ਦੇ ਬਾਹਰ ਨੂੰ। ਸੋ ਵੀਰੋ, ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਠੀਕ ਹੈ ਸਹੀ 12 ਵਜੇ ਦਾ ਟਾਈਮ ਆ। ਰਿੰਗ ਕੁੰਡਾ ਰੁਪਿਆ ਲੰਘਦਾ ਨੀ ਵੱਜਦੀ, ਜਿਵੇਂ ਕੱਦ ਕਾਠ ਵਜਨ ਵਜਨ ਬਹੁਤ ਜ਼ਿਆਦਾ ਚੰਗਾ ਹੈਗਾ। ਠੀਕ ਹੈ, ਤੇਲ ਇਹਦੀ ਸਾਰੀ ਬਲੈਕ ਰੇਡ ਮੋਹਰਾ ਚ ਪੈਂਦੀ ਹੈਗੀ, ਤੇ ਥਣ ਥੁਣ ਵੀ ਖੈਰ ਚੰਗਾ ਲੱਗਿਆ ਵਾ। ਉਹ ਤਾਂ 7 ਕਿਲੋ ਹੀ ਆ ਹਲੇ ਭਾਅ, 75 ਹਜ਼ਾਰ ਦਾ। ਪਰਸੋਂ ਦੀ ਵੀਰ ਕਹਿੰਦਾ ਸੂਈ ਵਿਆ ਜੀਅਰ ਜਿਹਾ ਡਾਨਾ ਹਲੇ। ਠੀਕ ਹੈ, ਜੇ ਮੈਲਾ ਵਗੈਰਾ ਮਾਰ ਗਈ ਝੋਟੀ 11 12 ਆਰਾਮ ਨਾਲ ਦੁੱਧ ਦੇ ਦੇਊਗੀ। ਥੋੜ੍ਹੀ ਹੈ ਮਾਮੂਲੀ, ਦੇਖੋ ਨੂੰ ਬੰਦ ਲੈਵੇ ਦੀ। ਤੇ ਜਿਹੜੇ ਹੁਣ ਵੀਰ ਥਣ ਵਗੈਰਾ ਦਿੰਦੇ ਆ ਬੱਚਾ ਲਵਾ ਕੇ, ਠੀਕ ਹੈ ਇਹ ਆਪਣਾ ਬੱਚਾ ਲਾ ਕੇ ਪਸਮਾਈਆਂ ਹੋ ਜਾਣ ਸਾਰੀਆਂ। ਠੀਕ ਹੈ, ਸੋਹਣਾ ਲੱਗਦਾ ਫਿਰ ਪਸ਼ੂ ਦੇ ਨਾਲ। ਠੀਕ ਹੈ, ਬੱਚੇ ਲਾਏ ਹੋਏ ਆ। ਤੇ ਅੱਗੇ ਵੀਰੇ ਦੂਜੇ ਨੰਬਰ ਵਾਲੀ ਦੀ ਗੱਲ ਕਰਦੇ ਹੁਣ ਆਪਾਂ। ਇਹਨੂੰ ਵੀਰੇ ਦਿਨ ਕਿੰਨੇ ਹੋ ਗਏ? ਠੀਕ ਹੈ, ਤੀਜਾ ਬੱਚਾ ਇਹਦੇ ਪਿੱਛੇ ਕੇ? ਠੀਕ ਹੈ, ਇਹਦੇ ਮਗਰ ਵੀ ਕੱਟਾ ਨਾੜੂ ਨਾਲ। ਠੀਕ ਹੈ, ਤੇ ਇਹਦੇ ਥੱਲੇ ਭਾਈ ਡਾਂਗ ਦਾ ਦੁੱਧ ਕਿੰਨਾ ਬਾਲਟੀ? ਠੀਕ ਹੈ, 8 ਕਿਲੋ ਦੁੱਧ ਰੈਡੀ ਆ। ਠੀਕ ਹੈ, ਪਰ ਆਪਾਂ 12 ਕਹਿ ਕੇ ਦੇ ਦਈਏ, ਮੈਂ ਕਹਿੰਦਾ ਵਧੀਆ। ਤੇ ਫਿਰ ਭਾਅ ਇਹਦਾ ਕੀ ਆ? ਮਾੜੀ ਮੋਟੀ ਛੋਟ ਸਭ ਤੋਰ ਦੇ ਬਾਹਰ ਨੂੰ ਇਹਨੂੰ 82 ਹਜ਼ਾਰ ਦੀ ਵੀਰ ਕਹਿੰਦਾ ਦੇ ਦਾਂਗੇ ਆਪਾਂ, ਬਜਾਇ ਸੋਚ ਮਾੜੀ ਮੋਟੀ ਥਣ ਵਗੈਰਾ ਚੰਗਾ ਲੱਗਿਆ ਹੋਇਆ, ਤਾਜ਼ੀ ਸੂਈ ਆ, ਦੇਖ ਸਕਦੇ ਮਾੜੀ ਗਿੱਟਿਆਂ ਤੇ ਭੋਲ ਜਾਏਗੀ। ਠੀਕ ਹੈ, ਬੋਲੇ ਤੋਂ ਬਿਲਕੁਲ ਸਾਫ਼ ਆ ਜਮਾਂ। ਤੁਹਾਨੂੰ ਦੱਸਿਆ ਵਾ ਪਸਮਾ ਜ਼ਰੂਰ ਕਰਿਆ, ਪਸਮਾ ਨਾਲ ਪਤਾ ਲੱਗ ਜਾਂਦਾ ਥਣ ਟੇਢਾ ਕਿੱਧਰ ਨੂੰ ਜਾਂਦਾ, ਸਿੱਧਾ ਜਾਂਦਾ। ਠੀਕ ਹੈ, ਫਿਰ ਵਜਨ ਵਾਲੀ ਆ ਝੋਟੀ, ਕੋਈ ਇਹੋ ਜਿਹੀ ਗੱਲ ਨਹੀਂ, ਸਾਫ਼ ਸੁਥਰੀ ਥਣ ਲੇਵੇ ਦੀ, ਥਣ ਵੀ ਪੂਰਾ ਸੋਹਣਾ ਮੁੱਠੀ ਵਾਲਾ, ਅਤੇ ਚਵਾਈ ਵੀਰੇ ਨਰਮਾ ਜਮਾਂ ਇਹਦੀ। ਠੀਕ ਹੈ, ਸੋ ਦੇਖੋ ਥਣ ਥੁਣ ਦੀ ਚੰਗੀ ਆ, ਅਤੇ 82 ਹਜ਼ਾਰ ਦਾ ਭਾਗ ਆ ਇਹਦਾ। ਇਹ ਹੈਗੀ ਦੂਸਰੇ ਨੰਬਰ 'ਤੇ। ਹਾਂਜੀ ਵੀਰੇ, ਤੀਜੇ ਨੰਬਰ ਵਾਲੀ ਆਪਾਂ ਝੋਟੀ ਦੇਖਦੇ ਹਾਂ ਜੀ। ਦੂਜੇ ਸੂਏ 4 ਦਾ ਦਿਨ, ਇਹਨੂੰ ਕਿੰਨੇ ਕੁ ਹੋਵੇ? ਸੀ 7 ਦਿਨ ਹੋ ਗਏ ਸੂਈ ਨੂੰ, ਬੱਚਾ ਇਹਦੇ ਪਿੱਛੇ ਕੱਟਾ? ਠੀਕ ਹੈ, ਨਾੜ ਕੇ ਰਹੇ ਸਾਰੇ ਮਗਰ। ਤੇ ਦੁੱਧ ਵੀਰੇ ਕਿੰਨਾ ਹੈਗਾ ਹੁਣ? ਹੁਣ ਹੈਗਾ ਜਮਾ 10-11, ਤੇ ਮੁੱਲ ਇਹਦਾ? ਠੀਕ ਹੈ, ਗੁੰਜਾਇਸ਼ ਹੋ ਜੂ ਮਾੜੀ ਮੋਟੀ ਸਰ 82 ਹਜ਼ਾਰ ਤੋਂ ਵੀਰ ਕਹਿੰਦਾ ਗੁੰਜਾਇਸ਼ ਕਰ ਦਾਂਗੇ। ਠੀਕ ਹੈ, ਦੂਜਾ ਸੂਆ ਸੂਈ ਸੋਈ ਲੈ ਚੱਲ ਬਾਹਰ ਨੂੰ ਇਹਨੂੰ, ਅਤੇ ਥਣ ਲੇਵੇ ਸਾਫ਼ ਆ, ਨੰਗੇ ਲੇਵੇ ਦੇ ਬਿਲਕੁਲ, ਅਤੇ ਮਿਲਕ ਬੇਨ ਵੀ ਚੰਗੀ ਦਿਖਾਈ ਦਿੰਦੀ ਵੀ ਇਹਦੇ, ਦੁੱਧ ਚੰਗਾ ਦੇ ਦੂਗੀ। 10 ਕਿਲੋ ਬਿਲਕੁਲ ਹਾਜ਼ਰ ਆ, 11 12 11 11 ਕੁ ਮੰਨ ਕੇ ਲੈ ਲਓ ਵੀ ਦੇ ਦੂ ਇਹਨਾਂ, ਥਣ ਥੂਣ ਚੰਗਾ ਲੱਗਿਆ ਵਾ ਚੋਣ ਪਸੋਂ। ਠੀਕ ਹੈ, ਨਹੀਂ ਕਈ ਵਾਰ ਵੀ ਦੂਰ ਆਉਂਦਾ ਮੁੜ ਕੇ ਵਾਲਾ ਕਹਿੰਦਾ ਵੀ ਤੁਸੀਂ ਵੀਡੀਓ ਕਵਰ ਕਰੀ ਸੋ ਘੱਟ, ਕਹਿੰਦਾ ਸੀ ਵੱਧ ਨਿਕਲਿਆ ਘੱਟ ਗਿਆ। ਠੀਕ ਹੈ, ਸੋ 82 ਹਜ਼ਾਰ ਦਾ ਵੀਰ ਨੇ ਭਾਅ ਕੀਤਾ ਇਹਦਾ, ਵਿੱਚੋਂ ਗੁੰਜਾਇਸ਼ ਹੋ ਜੂ, ਰੇਟ ਬਿਲਕੁਲ ਵੀਰ ਦੇ ਬਾਜ ਵਜੇ ਲੱਗੇ ਆਪਾਂ ਨੂੰ। ਸਰ ਦੰਦ ਚੈੱਕ ਕਰ ਸਕਦੇ ਬੱਚੀ ਦੇ, ਅਤੇ ਭੁਲੇਖਾ ਲਾ ਕੇ 2 ਦੰਦ ਇਹਦੇ ਕੱਢੇ ਹੋਏ ਆ,
ਤੇ ਵੀਰੇ ਦਿਨ ਕਿੰਨੇ ਹੋ ਗਏ ਸੂਈ ਨੂੰ ਬੈਠ ਦੋ ਪੰਜਵਾਂ ਛੇਵਾਂ ਦਿਨ ਮਗਰ ਵੀ ਬਸੀ ਆ ਭਰਾ ਮੇਰੇ ਠੀਕ ਹੈ ਸੀਲ ਠੰਡੀ ਬਰਫ ਬਰ ਕੇ ਉਹ ਕੰਮ ਨਹੀਂ ਹੈਗਾ ਵੀਰੇ ਦਾ ਦੋ ਦੋ ਬੱਚਾ ਬਣਿਆ ਪਸਮਾਚ ਆ ਗਈ ਹਨਾ ਹਾਂ ਥੋੜਾ ਜਿਹਾ ਮੂੰਹ ਖਿਲਵਾ ਤਾ ਠੀਕ ਹੈ ਉਹ ਕੰਮ ਨਹੀਂ ਹੈਗਾ ਦੁੱਧ ਕਿੰਨਾ ਵੀਰੇ ਥੱਲੇ ਇਹਦੇ 12 13 ਕਿਲੋ ਦੁੱਧ ਆ ਭਰਾ ਮੇਰੇ 15 16 ਕਿਲੋ ਦੀ ਦੁੱਧ ਦੀ ਗਾਰੰਟੀ ਦੇ ਦੇ ਬੜਾ ਐਵੇਂ ਕੰਮ 20 ਆ ਬਾਈ ਉਹਦਾ ਫਾਇਦਾ ਨਹੀਂ ਹੈਗਾ ਜੇ ਕੋਈ ਤੋਲਣ ਲੱਗ ਗਿਆ 11 ਨਿਬੜ ਜੋ 12 ਕਿਲੋ ਦੁੱਧ ਨਿਬੜ ਵੀਰੇ ਠੀਕ ਹੈ ਪਰ 11 ਤੋਂ ਨਹੀਂ ਘਟਦਾ ਜਿਵੇਂ 12 ਵੀਰੇ ਉਹ ਕਹਿੰਦਾ ਮੈਂ 4 5 ਦਿਨਾਂ ਦੀ ਸੂਈ ਲਓ ਝੂਠ ਥੋੜੀ ਮਾਰ ਰਹੇ ਜੇ ਦੁੱਧ ਜਿਹੜਾ ਮੂਰੇ ਹੁੰਦੀ ਜੇ ਉਹਦਾ ਤਾਂ ਮਾਰਨਾ ਸੀ ਬਜਾ ਪਰ ਠੀਕ ਹੈ 12 ਕਿਲੋ ਦੁੱਧ ਤੇ ਫਿਰ ਮੁੱਲ ਇਹਦਾ ਕੀ ਆ ਮੁੱਲ 36000 ਆ ਪਰ ਦੇਣੀ 35000 ਦੀ ਆ ਵੀਰੇ ਠੀਕ ਹੈ 34 ਦੀ ਹੁੰਦੀ ਨਹੀਂ ਨਾ 35 ਮਾੜਾ ਮਾੜਾ ਮਾਨ ਤਾਂ 100 ਰੁਪਏ ਹੀ ਕਰਦਾ ਚਲ 5-8 ਸੂਟ ਕਰ ਦਿਓ ਕੋਈ ਨਾ ਤੋਰ ਦੇ ਫੜਨ ਮੇਰਾ ਬੱਚਾ ਹੀ ਆ ਪਿਆ ਉਹਦੇ ਆਪਣੇ ਦੁੱਧ 14 ਕਿਲੋ 15 ਆਰਾਮ ਨਾਲ ਦੇ ਦੂ ਪਿੱਛੇ ਬੱਚੀ ਆ 5-4 ਦਿਨ ਦੀ ਸੂਈ ਵੀ ਲੇਵਾ ਦੇਖੋ ਕਰਮ ਵਾਲੀ ਕਿਆ ਬਾਤ ਆ ਪੂਰਾ ਸਾਫ ਸੁਥਰਾ ਫਸੀ ਖੜੀ ਆ ਜਾਵਾਂ ਤੇ 12 ਵਜੇ ਦਾ ਟਾਈਮ ਹੈਗਾ ਦੁੱਧ 14-15 ਰੇਟ ਵੀ ਬਿਲਕੁਲ ਵਾਜਬ ਕਹਿੰਦਾ ਮੰਗਣ ਨੂੰ 38 ਮੰਗ ਲਈਏ 40 ਮੰਗ ਲਈਏ ਤੇ 35000 ਦੀ ਵੀ ਕਹਿੰਦਾ ਦੇ ਦਾਂਗੇ ਮੂੰਹੋਂ ਦੋ ਦਾਂਦਾ ਓਰੀਜਨਲ ਤੇ ਬਾਕੀ ਚਾਰੂ ਵਗੈਰਾ ਪੂਰੀ ਫੁੱਲ ਆ ਜਾਵਾਂ ਕੋਈ ਦਿੱਕਤ ਨਹੀਂ ਉਪਰੇ ਘਰੇ ਆਈ ਆ ਜਿਵੇਂ ਕੋਈ ਚੱਕਰ ਨੀ ਥਣ ਲੈਵੇ ਦੀ ਪੂਰੀ ਸਾਫ ਸੁਥਰੀ ਪਰ ਇਹ ਜਿਹਾ ਭਾਅ ਨੀ ਮਿਲਦਾ 38000 ਵਾਲਾ ਆਪਾਂ ਨੂੰ ਧਾਰਾਂ ਦਾ ਕਹਿੰਦਾ ਮਾਰ ਕੇ ਦਿਖਾ ਦੇ ਧਾਰਾਂ ਦੇਖੋ ਕੀ ਵਾ ਕਿਆ ਬਾਤ ਆ ਜਮਾ ਬਾਕੀ ਛੱਡ ਦੇ ਮੈਂ ਪੁੱਠੇ ਪਾਸੇ ਬੈਠਾ ਬਾਹਲ ਠੰਡੀ ਯਾਰ ਲੱਪੀਸੇ ਦੀ ਵੀ ਭਰਾ ਮੇਰੇ ਧਾਰਾਂ ਮਾਰ ਲੈਣੀ ਠੰਡੀ ਹੈ ਗਾਂ ਮਰਵਾਉਂਦੀ ਨਹੀਂ ਲੈ ਸੁਭਰ ਆਦਾ ਘਰ ਦੁੱਧ ਪੀਣ ਵਾਲੀ ਵੇਦੀ ਖਾਤਾ ਸੁਨਹਿਰੀ ਮੌਕਾ ਜਮ ਬਸ ਠੀਕ ਹੈ ਜੀ ਪੂਰੇ ਜਾਇਜ਼ ਜਮ ਭਾ 38000 ਮੁੱਲ 35 ਦੀ ਦੇਣੀ ਆ ਧਾਰਾ ਵਗੈਰਾ ਸਾਰਾ ਕੁਝ ਦਿਖਾ ਦਿਆ ਬੇਧੜਕ ਹੋ ਕੇ ਲੈ ਜਿਓ ਕੋਈ ਚੱਕਰ ਵਾਲੀ ਗੱਲ ਨਹੀਂ ਸੋ ਆਪਾਂ 4 ਨਗ ਦਿਖਾ ਚੁੱਕੇ ਹਾਂ ਪਿੰਡ ਧੌਲਾ ਜ਼ਿਲ੍ਹਾ ਬਰਨਾਲੇ ਦਾ ਇਹ ਪਿੰਡ ਆ ਤੇ ਨੰਬਰ ਫਿਰ ਬੋਲ ਦਿਓ ਬਾਈ ਆਪਣਾ 97-94-74-644 ਸੋ ਕਿਸੇ ਵੀ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਤੇ ਇਸ ਨੰਬਰ ਤੇ ਕੋਨੈਕਟ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ